ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਸਿਕੰਦਰ ਸਿੰਘ ਹੈ ਜੀ ਅਤੇ ਮੈਂ ਸਰਕਾਰੀ ITI ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਬਦੌਰ ਵੈਲਡਰ ਇੰਸਟਰਕਟਰ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਮੇਰੀ ਡਿਊਟੀ ਸਰਕਾਰ ਵੱਲੋਂ ਜਿਹੜੀ ਲਗਾਈ ਗਈ ਹੈਗੀ ਆ ਉਹ ਹੈਗੀ ਆ ਟੀ ਜੁਆਇੰਟ ਲਗਾਉਣਾ ਹੈਗਾ ਵਾ। MS ਮਾਈਲਡ ਸਟੀਲ ਦੀਆਂ ਪਾਈਪਸ ਹੈਗੀਆਂ ਨੇ, ਇਹਨਾਂ ਦੇ ਉੱਤੇ ਕੀ ਹੈਗਾ ਵਾ ਜੁਆਇੰਟ ਲਗਾਉਣਾ ਹੈਗਾ, ਟੀ ਜੁਆਇੰਟ ਉਹ ਲਗਾਉਣਾ ਹੈਗਾ ਵਾ ਟਿੰਗ ਵੈਲਡਿੰਗ ਦੀ ਸਹਾਇਤਾ ਦੇ ਨਾਲ। ਟਿੰਗ ਵੈਲਡਿੰਗ ਦੀ ਸਹਾਇਤਾ ਦੇ ਨਾਲ MS ਦੀ ਪਾਈਪ ਦੇ ਵਿੱਚ ਕੀ ਹੈਗਾ ਵਾ ਟੀ ਜੁਆਇੰਟ ਲਗਾਉਣਾ ਹੈਗਾ ਵਾ। ਪਹਿਲੇ ਨੰਬਰ 'ਤੇ ਜਿਹੜਾ ਅਸੀਂ ਵਿਰਤ ਵੈਲਡਿੰਗ ਕਰ ਰਹੇ ਹੈਗੇ ਹਾਂ ਉਸ ਮਟੀਰੀਅਲ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਦੇਣਾ ਚਾਹੁੰਦਾ ਹੈਗਾ ਮੈਂ। ਇਹ ਸਾਡੀ ਹੈਗੀ MS ਪਾਈਪ, ਇਹਦੀ ਵਾਲ ਥਿਕਨੈਸ WT ਕਹਿੰਦੀ ਆ, ਵਾਲ ਥਿਕਨੈਸ ਹੈਗੀ ਆ 3 mm, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਜਿਹੜਾ ਇਹਦਾ ਆਊਟਰ ਡਾਇਆ ਹੈਗਾ ਵਾ, ਆਊਟਰ ਡਾਇਆ ਹੈਗਾ ਇਹਦਾ 50 mm। ਅਤੇ ਫਿਰ ਆਹ ਜਿਹੜੀ ਦੋ ਚੀਜ਼ਾਂ ਹੈਗੀਆਂ ਨੇ ਇਹ ਸਾਡੀ 100 mm ਹੈਗੀ ਆ, ਅਤੇ ਜਿਹੜੀ ਆਹ ਇਹਦੇ ਉੱਪਰ ਸੈਕਿੰਡ ਪਾਰਟ ਫਿੱਟ ਕਰਨਾ ਹੈਗਾ ਵਾ, ਇਹ ਹੈਗਾ ਵਾ ਇੱਥੋਂ ਸੈਂਟਰ ਤੋਂ ਲੈ ਕੇ ਕੀ ਹੈਗਾ ਵਾ ਇੱਥੇ ਤੱਕ ਕੀ ਹੈਗਾ ਵਾ ਇਹ 75 mm ਤੱਕ ਹੋਣਾ ਚਾਹੀਦਾ। ਇਹ ਜੋਬ ਕੀ ਹੈਗੀ, ਜੋਬ ਬਣਾਉਣਾ ਜਿਹੜਾ ਆਹ ਅਸੀਂ ਕਿਨਾਰੇ ਤਿਆਰੀ ਕਰਨੀ ਹੈਗੀ ਆ, ਇਹ ਤੁਸੀਂ ਆਪਣੇ ਆਪ ਕਰ ਸਕਦੇ ਹੈਗੇ। ਜੁਆਇੰਟ ਆਕਸੀਜਨ ਆਕਸੀਐਸਟਰੀਨ ਕਟਿੰਗ ਮਸ਼ੀਨ ਦੇ ਨਾਲ ਕੱਟ ਸਕਦੇ ਹੈਗੇ, ਜਾਂ ਰੇਤੀ ਦੀ ਸਹਾਇਤਾ ਦੇ ਨਾਲ, ਜਾਂ ਅਸੀਂ ਕੱਟਾ ਮਸ਼ੀਨ ਦੀ ਸਹਾਇਤਾ ਨਾਲ ਕੀ ਹੈਗਾ ਵਾ ਇਹ ਅਸੀਂ ਕੀ ਹੈਗਾ ਅਤੇ ਕਿਨਾਰੇ ਕੀ ਹੈਗਾ ਵਾ ਤਿਆਰ ਕਰ ਸਕਦੇ। ਕਿਨਾਰੇ ਤਿਆਰ ਕਰਨ ਵਾਸਤੇ ਇੱਕ ਇਹ ਸਾਨੂੰ ਜ਼ਰੂਰੀ ਹੈਗਾ ਵੀ ਇਹਦੇ ਵਿੱਚ ਬਰ ਵਗੈਰਾ ਨਾ ਹੋਵੇ। ਬਰ ਦਾ ਮਤਲਬ ਜਿੰਦਾ ਜਿਵੇਂ ਅਸੀਂ ਹੱਥ ਲੱਗਦੇ ਹੈਗੇ ਹਾਂ ਕਈ ਵਾਰੀ ਸਾਡੇ ਕੀ ਹੈਗਾ ਵਾ ਸਕਰੈਚ ਫਸ ਸਕਦਾ। ਦੂਸਰੇ ਨੰਬਰ 'ਤੇ ਜਿਹੜੀ ਸਾਡੀ ਇਹ ਵੈਲਡਿੰਗ ਮਸ਼ੀਨ ਹੈਗੀ ਆ, ਇਹ ਹੈਗੀ ਆ ਸਾਡੀ EWM ਟਿੰਗ ਵੈਲਡਿੰਗ ਮਸ਼ੀਨ ਹੈਗੀ ਆ। ਅਤੇ ਉਸ ਤੋਂ ਬਾਅਦ ਜਿਹੜੀ ਆਹ ਸਾਡੀ ਹੈਗੀ ਅੱਗੇ ਆ ਜਾਓ ਥੋੜ੍ਹਾ ਜਿਹਾ, ਇਹਦੇ ਬਾਰੇ ਤੁਹਾਨੂੰ ਦੱਸ ਦਿੰਦਾ ਹੈਗਾ ਵਾ ਔਨ ਆਫ, ਠੀਕ ਹੈ ਜੀ। ਔਫ ਹੈਗੀ ਆ, ਉਸ ਤੋਂ ਬਾਅਦ ਔਨ ਕਰਦੇ ਹੈਗੇ ਆ, ਠੀਕ ਹੈ ਜੀ। ਮਸ਼ੀਨ ਹੋ ਗਈ ਹੈਗੀ ਆ, ਉਸ ਤੋਂ ਬਾਅਦ ਡਿਸਪਲੇ ਦੱਸ ਰਹੀ ਹੈਗੀ ਆ ਵੀ ਕਿੰਨਾ ਹੈਗਾ ਵਾ ਇਹਦੇ ਵਿੱਚ ਵੋਲਟੇਜ ਰੱਖੀ ਹੋਈ ਹੈਗੀ ਆ, ਜਾਂ ਕਿੰਨਾ ਕੀ ਹੈਗਾ ਵਾ ਇਹਦੇ ਵਿੱਚ ਕਰੰਟ ਹੈਗਾ ਵਾ। ਇਹ ਜਿਹੜਾ ਕਰੰਟ ਹੈਗਾ ਵਾ ਇਹ ਵੀ ਸੈਟਿੰਗ ਦੇ ਉੱਤੇ ਉਹੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਵੀ ਜਿਹੜੀ ਇਹਦੀ ਜੋਬ ਮਟੀਰੀਅਲ ਹੈਗਾ ਵਾ ਜਾਂ ਉਹਦੀ ਥਿਕਨੈਸ ਕੀ ਹੈਗੀ ਆ ਉਹਦੇ ਉੱਤੇ ਡਿਪੈਂਡ ਕਰਦਾ ਹੈਗਾ। ਦੂਸਰੇ ਨੰਬਰ 'ਤੇ ਜਿਹੜਾ ਆਹ ਸਾਡਾ ਹੈਗਾ ਕਰੋਮੀਅਮ ਨਿਕਲ ਫੈਰਸ ਹੋ ਗਿਆ, ਜਾਂ ਕਰੋਮੀਅਮ ਜਿੰਕ ਹੋ ਗਿਆ, ਐਲਮੀਨੀਅਮ ਮੈਗਨੀਸ ਹੋ ਗਿਆ, ਐਲਮੀਨੀਅਮ ਸਿਲੀਕਾਨ ਹੋ ਗਿਆ, ਐਲਮੀਨੀਅਮ 99% ਹੋ ਗਿਆ। ਜਿਸ ਤਰੀਕੇ ਦੇ ਨਾਲ ਸਾਡੀ ਜੋਬ ਮਟੀਰੀਅਲ ਹੈਗਾ ਉਸ ਤਰੀਕੇ ਨਾਲ ਕੀ ਹੈਗਾ ਅਸੀਂ ਇਹਨੂੰ ਕੀ ਹੈਗਾ ਵਾ ਚੇਂਜ ਕਰ ਸਕਦੇ ਹੈਗੇ। ਹੁਣ ਅਸੀਂ ਆਹ ਟੀ ਜੁਆਇੰਟ ਇਹਨੂੰ ਕੀ ਹੈਗਾ ਵਾ ਅਸੀਂ ਇਹਦਾ ਟੀ ਜੁਆਇੰਟ ਲਾਉਣਾ ਹੈਗਾ ਵਾ, ਠੀਕ ਹੈ ਜੀ। ਹੱਥਾਂ ਦੀ ਸੁਰੱਖਿਆ ਵਾਸਤੇ ਹੈਂਡ ਗਲੋਵਸ, ਠੀਕ ਹੈ ਜੀ, ਇਹ ਹੈਗੇ ਸਾਡੇ ਲੈਦਰ ਦੇ ਹੋਣੇ ਚਾਹੀਦੇ ਹੈਗੇ। ਜਿਹੜੀ ਇਹਦੇ ਵਿੱਚੋਂ ਤੇਜ਼ ਰੋਸ਼ਨੀ ਨਿਕਲਦੀ ਹੈਗੀ ਉਹ ਅੱਖਾਂ ਦੀ ਸਾਡੀ ਸੁਰੱਖਿਆ ਵਾਸਤੇ ਕੀ ਹੈਗਾ ਵਾ, ਇਹ ਹੈਲਮਟ ਦੀ ਅਸੀਂ ਵਰਤੋਂ ਕਰਦੇ ਹੈਗੇ ਹਾਂ। ਕਈ ਵਾਰੀ ਜੋਬ ਸਾਡੀ ਕੀ ਹੈਗੀ ਆ ਟੇਢੀ ਵਗੈਰਾ ਕੀ ਹੈਗੀ ਆ ਹੋ ਜਾਂਦੀ ਹੈਗੀ, ਇਸ ਕਰਕੇ ਇਹ ਸਾਡੇ ਲਈ ਜ਼ਰੂਰੀ ਹੈਗਾ ਅਸੀਂ ਇੱਕ ਟ੍ਰਾਈਸਕੁਅਰ ਦੀ ਮਦਦ ਨਾਲ ਕੀ ਹੈਗਾ ਵਾ ਇਹ ਚੈੱਕ ਕਰਨੀ ਹੈਗੀ ਆ ਵੀ ਇਹ ਬਿਲਕੁਲ 90 degrees ਉੱਤੇ ਹੈਗਾ ਵਾ ਕਿ ਨਹੀਂ ਹੈਗਾ, ਠੀਕ ਹੈ ਜੀ। ਇੱਕ ਇਹਦੇ ਵਿੱਚ ਇੱਕ ਹੋਰ ਪ੍ਰੋਬਲਮ ਆਉਂਦੀ ਹੁੰਦੀ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਹੈਗੇ ਡਿਸਟੋਰਸ਼ਨ। ਡਿਸਟੋਰਸ਼ਨ ਦਾ ਮਤਲਬ ਕੀ ਹੈਗਾ ਵਾ ਮੋਡ ਵੈਲਡਿੰਗ ਕਰਨ ਤੋਂ ਬਾਅਦ ਅਤੇ ਵੈਲਡਿੰਗ ਕਰਨ ਤੋਂ ਪਹਿਲਾਂ ਕੀ ਹੈਗਾ ਵਾ ਜੋਬ ਦੇ ਆਕਾਰ ਦੇ ਵਿੱਚ ਪਰਿਵਰਤਨ ਆ ਜਾਂਦਾ ਹੈਗਾ। ਉਹ ਕਿਉਂ ਆਉਂਦਾ ਹੈਗਾ, ਜਿਉਂ ਜਿਉਂ ਕਿ ਅਸੀਂ ਉਹਦੇ 'ਚ ਹੀਟ ਦਿੰਦੇ ਹੈਗੇ ਹਾਂ ਜੋਬ ਕੀ ਹੈਗੀ ਆ ਗਰਮ ਹੁੰਦੀ ਹੈਗੀ ਆ, ਗਰਮ ਹੋਣ ਨਾਲ ਕੀ ਹੋ ਜਾਂਦੀ ਹੈਗੀ ਉਹ ਫੈਲਦੀ ਹੈਗੀ ਆ, ਠੰਡੀ ਹੋਣ ਨਾਲ ਕੀ ਹੈਗੀ ਆ ਸੁੰਗੜਦੀ ਹੈਗੀ, ਜੋਬ ਆਪਣੇ ਵੱਲ ਮਟੀਰੀਅਲ ਨੂੰ ਕੀ ਹੈਗੀ ਆ ਖਿੱਚ ਲੈਂਦੀ ਹੈਗੀ ਆ। ਇਸ ਕਰਕੇ ਇਹ ਨਾ ਹੋਵੇ ਵੀ ਅਸੀਂ ਇੱਥੋਂ ਸ਼ੁਰੂ ਕਰਤਾ ਹੈਗਾ ਇੱਥੋਂ ਪੂਰਾ ਕੰਪਲੀਟ ਕਰੀਏ, ਇਹ ਸਾਡਾ ਮੈਥਡ ਕੀ ਹੈਗਾ ਵਾ ਸਹੀ ਨਹੀਂ ਹੈਗਾ ਵਾ। ਇਸ ਨੂੰ ਕੀ ਕਰਨ ਵਾਸਤੇ ਕੀ ਹੈਗਾ ਵਾ ਵੀ ਸਾਡੀ ਡਿਸਟੋਰਸ਼ਨ ਨਾ ਆਵੇ ਅਸੀਂ ਇਹਨੂੰ ਕੀ ਹੈਗਾ ਵਾ ਚਾਰ ਭਾਗਾਂ ਦੇ ਵਿੱਚ ਵੰਡ ਲਿਆ ਹੈਗਾ ਵਾ, ਠੀਕ ਹੈ ਜੀ। ਪਹਿਲਾਂ ਹੈਗਾ ਵਾ ਇੱਥੋਂ ਫਸਟ ਸਟੈਪ, ਸੈਕਿੰਡ ਕੀ ਹੈਗਾ ਵਾ ਇੱਥੋਂ 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 ਕੀ ਹੈਗਾ ਵਾ ਇੱਥੇ ਤੱਕ, ਥਰਡ ਕੀ ਹੈਗਾ ਇਹਦੇ ਸੈਕਿੰਡ ਦੀ ਓਪੋਜਿਟ ਡਾਇਰੈਕਸ਼ਨ, ਥਰਡ ਫਿਰ ਕੀ ਹੈਗਾ ਵਾ ਫੋਰਥ। ਇਸ ਤਰ੍ਹਾਂ ਨਾਲ ਕੀ ਹੈਗਾ ਕਿ ਸਾਡਾ ਕੀ ਹੈਗਾ ਇੱਕ ਟੀ ਜੋੜ ਕੀ ਹੈਗਾ ਵਾ ਟੀ ਜੁਆਇੰਟ ਕੀ ਹੈਗਾ ਵਾ ਪੂਰਾ ਹੁੰਦਾ ਹੈਗਾ। ਇੱਕ ਇਹਦੇ ਵਿੱਚ ਧਿਆਨ ਰੱਖਣ ਦੀ ਜ਼ਰੂਰ ਹੁੰਦੀ ਹੈਗੀ ਆ ਵੀ ਆਪਣੇ ਹੱਥਾਂ, ਠੀਕ ਆ, ਇੱਕ ਕੀ ਹੈਗਾ ਵਾ ਸਾਰੀਆਂ
ਬੋਡੀ 'ਚ ਕੀ ਹੈਗਾ ਵਾ ਕਵਰ ਕਰਕੇ ਅਤੇ ਕਈ ਵਾਰੀ ਕਈ ਬੰਦਿਆਂ ਨੂੰ ਕੀ ਹੈਗੀ ਸਕਿਨ ਦੀ ਪ੍ਰੋਬਲਮ ਕੀ ਹੈਗੀ ਐਲਰਜੀ ਕਰ ਦਿੰਦੀ ਹੈਗੀ ਠੀਕ ਹੈ ਜੀ ਅਤੇ ਬਾਕੀ ਧੰਨਵਾਦ ਸਾਰਿਆਂ ਦਾ ਇਹ ਵੀਡੀਓ ਦੇਖਣ ਵਾਸਤੇ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ